ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਸਦਨ 'ਚ ਵਿਸ਼ਨੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਅੱਜ ਦੂਜੇ ਦਿਨ ਸਦਨ 'ਚ ਕਈ ਖਾਸ ਪ੍ਰਸਤਾਵ ਸਰਕਾਰ ਦੇ ਵੱਲੋਂ ਪੇਸ਼ ਕੀਤੇ ਜਾਣੇ ਨੇ। ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਪੇਸ਼ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਐਕਟ 2007 'ਚ ਵੀ ਸੋਧ ਦੀ ਤਿਆਰੀ ਕੀਤੀ ਗਈ ਹੈ। ਪੰਜਾਬ ਸਰਕਾਰ ਆਪਣੀ ਮਰਜ਼ੀ ਦੇ ਨਾਲ ਡੀਜੀਪੀ ਲਾਉਣ ਦੇ ਲਈ ਕਮੇਟੀ ਬਣਾ ਸਕਦੀ ਹੈ ਤੇ ਮੌਜੂਦਾ ਸਮੇਂ 'ਚ ਡੀਜੀਪੀ ਲਾਉਣ ਦਾ ਅਖਤਿਆਰ ਸਿਰਫ UPSC ਦੇ ਕੋਲ ਹੈ। इस बाबत पंजाब सरकार पंजाब पुलिस एक्ट 2007 च सोध करने बाबत सदन च प्रस्ताव भी लिया सकती है। इस नाल ही कई मुद्दों ते सरकार नु घेरन दे लई विरोधी तैयार बर तैयार ने। हालांकि पंजाब कांग्रेस इस सैशन च ऑपरेशन लोटस दे मुद्दे नु चुकन दी तैयारी कर चुकी है। इस दे अलावा कैबिनेट मंत्री लालचंद कटारूचक अते आप विधायक सरबजीत कौर मानुके दे मामले ते भी सरकार नु घेरिया जाना है। DGP ते भी गरारी फस सकती है ते तकरार हो सकती है।